ਚਾਰ ਗਨਰ ਹਾਈਲੀ ਸਿਕਿਉਰ ਮਿਲਟਰੀ ਸਟੇਸ਼ਨ ਦੇ ਵਿੱਚ ਅੱਧੀ ਰਾਤ ਨੂੰ ਕੌਣ ਮਾਰ ਕੇ ਚਲਾ ਗਿਆ ਐਸਪੀ ਉਥੋਂ ਦਾ ਬਠਿੰਡੇ ਦਾ ਅਜੇ ਗਾਂਧੀ ਈਜ਼ੀਡਿੰਗ ਅ ਪੁਲਿਸ ਟੀਮ ਪ੍ਰੋਬਿੰਗ ਦਾ ਇਨਸੀਡੈਂਟ ਸੈਡ ਟੂ ਪਰਸਨਸ ਇਨ ਸਿਵਲ ਡਰੈਸ ਵਰ ਬਲੀਵ ਟੂ ਬੀ ਬਿਹਾਈਂਡ ਦਾ ਸ਼ੂਟਿੰਗ ਸਿਵਿਲিয়ান ਦੋ ਚਾਰ ਤੁਹਾਡੇ ਗਨਰਸ ਟ੍ਰੇਨ ਨੂੰ ਮਾਰ ਕੇ ਚਲੇ ਜਾਂਦੇ ਨੇ ਜਵਾਨ ਸਾਹ ਟੂ ਅਨ ਆਈਡੈਂਟੀਫਾਈਡ ਮੈਨ ਇਨ ਵਾਈਟ ਕੁਰਤਾ ਪਜਾਮਾ देयर ਫੇਸਿਸ ਐਂਡ ਹੈਡਸ ਕਵਰਡ ਕਮਿੰਗ ਆਊਟ ਆਫ ਦ ਬੈਰਕਸ ਆਫਟਰ ਦ ਫਾਇਰਿੰਗ অর ਵਨ ਆਫ ਦੈਮ ਵਾਸ ਕੈਰੀਂਗ ਐਨ ਆਈ ਐਨ ਐਸ ਐਸ ਰਾਈਫਲ ਐਂਡ ਦ ਅਦਰ ਐਨ ਐਕਸ ਇਕ ਦੇ ਕੋਲ ਕਵਾੜੀ ਸੀ ਇਕ ਦੇ ਕੋਲ ਰਾਈਫਲ ਸੀ ਖਾਲਸਾ ਸਾਜਨਾ ਦਿਵਸ ਦਾ ਮੁਖ ਸਮਾਗਮ ਸਾਬੋ ਕੀ ਤਲਵੰਡੀ ਅਕਤ ਦਾ ਨਮਾ ਸਾਹਿਬ ਹੁੰਦਾ ਹੈ ਕਾਰਲਾ ਦਿੱਤੀਆਂ ਗਈਆਂ ਸਾਰਿਆਂ ਵੱਲੋਂ ਐਕਟਿੰਗ ਜਥੇਦਾਰ ਨੇ ਵੀ ਦਿੱਤੀ ਹੈ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਨੇ ਵੀ ਦਿੱਤੀ ਹੈ ਆਪ ਬਾਕੀ ਸਿੱਖ ਸੰਗਤਾਂ ਦੇ ਕਿ ਭਾਈ ਹਮ ਹਮ ਆ ਕੇ ਪਹੁੰਚੋ ਪਹਿਲਾਂ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੈ ਮਿਲਟਰੀ ਸਟੇਸ਼ਨ ਹਾਈਲੀ ਸਿਕਯੁਰ ਚਾਰ ਚਫੇਰੇ ਕੈਮਰੇ ਕਿਹੜੇ ਪਾਸਿਓ ਆਏ ਕਿਹੜਾ ਜੰਗਲ ਹੈ ਉਹਦੇ ਆਲੇ ਦੁਆਲੇ ਜਿੱਥੇ ਚਲੇ ਗਏ ਬੰਦੇ ਫੜੇ ਨਹੀਂ ਗਏ ਜਾਂ ਅਜੇ ਤੱਕ ਉਹਨਾਂ ਨੂੰ ਇਹੀ ਹੈ ਜੀ ਰਾਈਫਲ ਗੁੰਮ ਹੋ ਗਈ ਸੀ ਤੇ ਉਹ ਇੰਨੇ ਰਾਉਂਡ ਦੇ ਰਾਉਂਡ ਬੜੇ ਗਿਣੇ ਹੋਏ ਨੇ ਕਿ ਜੀ 28 ਰਾਉਂਡ ਜਦੋਂ ਡਿਸਕੋਬਰੀ ਤੋਂ ਬਾਅਦ ਆਪਾਂ ਪਟਨਾ ਸਾਹਬ ਨੂੰ ਅੰਟੀਆ ਕਿ ਅੱਜ ਅਸੀਂ ਉਹ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 24 ਘੰਟਿਆਂ ਤੋਂ ਭਾਰਤ ਵਿੱਚ ਇਹ ਖਬਰ ਚੱਲ ਰਹੀ ਹੈ ਕਿ ਬਟਿੰਡਾ ਮਿਲਟਰੀ ਸਟੇਸ਼ਨ ਤੇ ਅੱਧੀ ਰਾਤ ਨੂੰ ਦੋ ਅਣਪਛਾਤੇ ਨਕਾਬਪੋਸ਼ਾ ਨੇ ਹਮਲਾ ਕਰਕੇ ਚਾਰ ਫੌਜੀ ਜਿਹੜੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਹ ਫਰਾਰ ਹੋ ਗਏ ਪਰ ਇਸ ਖਬਰ ਨੂੰ ਬੜੇ ਲੁਕਵੇਂ ਢੰਗ ਨਾਲ ਜਿਹੜਾ ਬਿਆਨਿਆ ਜਾ ਰਿਹਾ ਹੈ ਇਸ ਦੀ ਹਕੀਕਤ ਕੀ ਹੋ ਸਕਦੀ ਹੈ ਅਸੀਂ ਨਹੀਂ ਜਾਣਦੇ ਪਰ ਇਹ ਗੱਲ ਜ਼ਾਹਿਰ ਹੈ ਕਿ ਸੱਚ ਨੂੰ ਦਬਾਇਆ ਜਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ ਦੇਖਣ ਸੁਣਨੇ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਇਸ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਲਾਈਵ ਚੈਟ ਦੇ ਉੱਤੇ ਨੇ YouTube ਤੇ ਉਹਨਾਂ ਨੂੰ ਐਕਨੋਲਡਜ ਕਰਦੇ ਹਾਂ ਵੀਰ ਜਿੱਤ ਸਿੰਘ ਲਖਦ ਨੇ ਕਿ ਯੂਐਸਏ ਕਰਕੇ ਹੀ ਇੱਜ਼ਤ ਮਿਲਦੀ ਐ ਕਟਗਿੰਤੀ ਕੌਮਾਂ ਨੂੰ ਨਹੀਂ ਤੇ ਇਹ ਬ੍ਰਾਹਮਣ ਸਟੇਟ ਤੇ ਫੋਕਸ ਦਿੰਦੀ ਸਭ ਕੁਝ ਬਿਲਕੁਲ ਤੁਸੀਂ ਠੀਕ ਕਿਹਾ ਅਸੀਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਮੁਲਕਾਂ 'ਚ ਬੈਠ ਕੇ ਅਸੀਂ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਨੂੰ ਮੰਨਦੇ ਆ ਉੱਥੇ ਅਸੀਂ ਆਪਣੇ ਪਹਿਣਾ ਭਰਾਵਾਂ ਦੀ ਜਿਹੜੀ ਦਰਦ ਭਰੀ ਆਵਾਜ਼ ਹੈ ਉਸ ਨੂੰ ਵੀ ਅਡਲ ਫੋਰਮਸ ਤੇ ਚੁੱਕਦੇ ਆ ਵੀਰ ਮਨਜੀਤ ਸਿੰਘ ਹੋਰ ਨੇ ਫਿਰ ਅਰਜ਼ ਕੀਤੀ ਹੈ ਪ੍ਰਕਪਾਲ ਸਿੰਘ ਚੀਨਾ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਚੀਨਾ ਸਾਹਿਬ ਤੁਸੀਂ ਅਕਸਰ ਲਿਖਦੇ ਰਹਿੰਦੇ ਹੋ ਹੌਸਲਾ ਦੇਣ ਵਾਲੇ ਤੁਹਾਡੇ ਕਮੈਂਟ ਹੁੰਦੇ ਨੇ ਖਾਲਸਾ ਰਾਜ ਦੀ ਆਈਡੀ ਤੋਂ ਹੈ ਵਾਹਿਗੁਰੂ ਆਜ਼ਾਦੀ ਤੋਂ ਬਿਨਾ ਸਿੱਖ ਕੌਮ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ ਸਿੱਖ ਕੌਮ ਤੇ ਵਾਹਿਗੁਰੂ ਮੇਰ ਕਰਨ ਦੇਸ਼ ਪੰਜਾਬ ਬਹੁਤ-ਬਹੁਤ ਸ਼ੁਕਰੀਆ ਔਰ ਇਹ ਜਿਹੜੀ ਹੈ ਜੀਤ ਸਿੰਘ ਹੋਰ ਨੇ ਫੇਰ ਲਿਖਿਆ ਇਹ পাগল ਹੋ ਗਏ ਹਨ ਇਹ ਜੇ ਯੂਕੇ ਹੈਲਪ ਨਾ ਕਰੂ ਤਾਂ ਫੇਰ ਖਾਰਿਸਤਾਨ ਰੈਫਰੰਡਮ ਰੁਕਣਾ ਤੇ ਨਹੀਂ ਸਾਰੀ ਦੁਨੀਆ ਦਾ ਦਾ ਕਾਨੂੰਨ ਹੈ ਬਿਲਕੁਲ ਇਹ ਠੀਕ ਹੈ ਔਰ ਮੈਂ ਸਮਝਦਾ ਵੀ ਇਹ ਮੌਕਾ ਹੈ ਕਿ ਸਾਨੂੰ ਇਵਨ ਯੂਨ ਲੈਵਲ ਤੇ ਵੀ ਕਿਪਾਈਏ ਜਿਹੜੇ ਨੇ ਇਸ ਦੀ ਨੂੰ ਜਿਹੜਾ ਉਸ ਦੀਆਂ ਤਾਂ ਜੀਆਂ ਉਡਾ ਰਹੇ ਨੇ ਯੂਨਿਟਿੀ ਕਨਵੈਨਸ਼ਨ ਦੀ ਔਰ ਜ਼ੁਬੇਰ ਯਾਕੂਬ ਸਾਹਿਬ ਕਹਿੰਦੇ ਨੇ ਸਟਰਗਲ ਵੀ ਕਿ ਬਹੁਤ ਜ਼ਰੂਰੀ ਹੈ ਜਸ ਉਹਨਾਂ ਨੇ ਆਪਸ ਵਿੱਚ ਗੱਲਬਾਤ ਕਰ ਰਹੇ ਨੇ اور جگدار سنگھ انہوں نے گور فتے پروان کرنے بہت بہت شکریہ جگدار سنگھ جی اور جس پھر ریفرنڈم ول بی ہلڈ ان کشمیر خالستان اونلی اپشن سپورٹڈ بائی انٹرنیشنل کمیٹی جی 20 از دا پرفیکٹ ٹائمنگ ار ایس ایس مودی بی جے پی ہیز کنٹمپٹ فار اٹ س اون سٹیزنز بالکل ٹھیک کیا ہوتا انہاں دا منہ چڑا رہے نے کشمیر تے جا کے جی 20 دی کوئی میٹنگ کرن دا مطلب انہاں نو اجے یہ پتہ نہیں ہے کہ بھائی اوتھوں دے ਜਦੋਂ ਖੜਕੂਆ ਨੇ ਕੋਈ ਜਵਾਬ ਦਿੱਤਾ ਫਿਰ ਕਹਿਣਗੇ ਕਿ ਜੀ ਇਹ ਹਿੰਸਾ ਹੋ ਗਈ ਇਹ ਇਹ ਤੁਸੀਂ ਪ੍ਰੋਵੋਕ ਕਰ ਰਹੇ ਹੋ ਉਹਨਾਂ ਨੂੰ ਜਸਪੀਰ ਬਰਾੜ ਕਹਿੰਦੇ ਨੇ ਖਾਲਸਤਾਨ ਯੂਐਸ ਮੀਡੀਆ ਤਾਲੀਵਾਲ ਗੁੱਡ ਗੁੱਡ ਵੀਰ ਭਾਈ ਜੀ ਗੁਰਪਤਵੰਨ ਸਿੰਘ ਪੰਨੂ ਖਾਲਸਤਾਨ ਜ਼ਿੰਦਾਬਾਦ ਉਹਨਾਂ ਨੇ ਤੁਹਾਨੂੰ ਔਰ ਮੈਨੂੰ ਵੀ ਫਤਿਹ ਬੁਲਾ ਕੇ ਕਿਹਾ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਤੁਸੀਂ ਸਿੱਖ ਕੌਮ ਵਾਸਤੇ ਕੰਮ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇਣ ਬਹੁਤ-ਬਹੁਤ ਸ਼ੁਕਰੀਆ ਵੀਰ ਜਸਵੀਰ ਸਿੰਘ ਜੀ ਤੁਹਾਡੇ ਵਰਗੇ ਪਿਆਰੇ ਹੀ ਸਾਡਾ ਸਹਾਰਾ ਵੀ ਨੇ ਔਰ ਸਾਡੇ ਸਾਥੀ ਔਰ ਇਸ ਕਾਫਲੇ ਦੇ ਸ਼ਾਹ ਸਵਾਰ ਵੀ ਹੋ ਤੁਸੀਂ ਔਰ ਇਹ ਜਿਹੜਾ ਹੋਰ ਵੀ ਬਹੁਤ ਸਾਰੇ ਨਿਹੰਗ ਸਿੰਘ ਵੀਰ ਜਿਹੜੇ ਨੇ ਉਹਨਾਂ ਨੇ ਵੀ ਉਹਨਾਂ ਦੀ ਫਤਿਹ ਤਾਂ ਪੂਰੀ ਫਤਿਹ ਬੁਲਾਨਦੇ ਨੇ ਹੰਗ ਸਿੰਘਰਾਂ ਦੀ ਵਾਹਿਗੁਰੂ ਜੀ ਕਰਾ ਵਾਹਿਗੁਰੂ ਜੀ ਦੀ ਫਤਿਹ ਮਿਸਟਰੀ ਹੁਣ ਜਦੋਂ ਇੱਕ ਪਾਸੇ ਸਾਰੇ ਭਾਰਤ ਦੇ ਗੋਦੀ মিডিਆ ਨੂੰ ਔਰ سوشل میڈیا ਇੱਕ ਬੈਨ ਕੀਤਾ ਹੋਇਆ ਪੰਥਪ੍ਰਸ ਦੂਜੇ ਤੇ ਜਿਹੜੇ ਬਿਠਾਏ ਹੋਏ ਨੇ ਉਹਨਾਂ ਨੂੰ ਅਮਰਤਪਾਲ ਸਿੰਘ ਦੇ ਨਾਗ ਨੇ ਦੱਸਿਆ ਹੋਇਆ ਹੈ ਤਿੰਨ ਹਫ਼ਤੇ ਤੋਂ ਉਹਨਾਂ ਨੂੰ ਤੇ ਉਸ ਹਵਾਲੇ ਦੇ ਨਾਲ ਇਹ ਸਿੱਖ ਕੌਮ ਨੂੰ ਵੀ ਮੈਲਾਈਨ ਕਰ ਰਹੇ ਨੇ ਅਚਾਨਕ ਇੱਕ ਘਟਨਾ ਜਿਹੜੀ ਅੱਜ ਬਾਕੀ ਖਬਰਾਂ ਪਿੱਛੇ ਚਲੀਆਂ ਜਾਂਦੀਆਂ ਨੇ ਔਰ ਉਸ ਦਾ ਬਣ ਜਾਂਦਾ ਹੈ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਚਾਰ ਉਹਨਾਂ ਦੇ ਤੋਪਚੀ ਹੂੰ ਦੋ ਦੋ ਜਨਾਂ ਦੇ ਦੋ ਕਰਨਾਟਕਾ ਦੇ ਨੇ ਔਰ ਉਹਨਾਂ ਦੇ ਹੁਣ ਨਾਂ ਵੀ ਜਿਹੜੇ ਨੇ ਸਾਹਮਣੇ ਆਏ ਨੇ ਔਰ ਸਾਗਰ ਬਾਣੇ 25 ਸਾਲਾਂ ਦਾ ਯੁਗੇਸ਼ ਕੁਮਾਰ ਨੰਬਰ ਦੂਸਰਾ ਔਰ ਸੰਤੋਸ਼ ਐਮ ਨੰਗਰਾਲ 25 ਸਾਲ ਦਾ ਕਮਲੇਸ਼ 24 ਸਾਲ ਦਾ ਇਹ ਜਿਹੜੇ ਨੇ ਦੋ ਕਰਨਾਟਕਾ ਦੇ ਦੋ ਤਾਮਿਲਨਾਡ ਦੇ ਹੂੰ ਔਰ ਇਹ ਉਹਨਾਂ ਦੇ ਖੂਨ ਚ ਲਤਪਤ ਆਪਣੇ ਕੈਮਰੇਆਂ ਚ ਪਾਏ ਗਏ ਆਪਣੇ ਕਮਰਿਆਂ ਚ ਪਾਏ ਗਏ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਹੁਣ ਇਹ ਸਾਰੀ ਕਿਉਂਕਿ ਇਨੇ ਟਾਈਟ ਲਿਫਟ ਨੇ ਔਰ ਅਦਰਵਾਈਜ਼ ਉਹ মিডিਆ ਜਿਹੜਾ ਕਿ ਦਿਨ ਰਾਤ ਜੇ ਕਿਸੇ ਨੇ ਨੀਲੀ ਕਮੀਜ਼ ਪਾਈ ਹੈ ਜਿਵੇਂ ਇੱਕ মিডিਆ ਵਾਲੇ ਜੋਕ ਕਰ ਰਹੇ ਸੀ ਪੰਥਕ মিডিਆ ਵਾਲੇ ਕਿ ਭਈ ਜੇ ਉਹਨਾਂ ਨੇ ਕਿਹਾ ਵੀ ਮੈਂ लाल पग बन के बैठे हैं तो नीली मैं कमीज पाई है कहना मीडिया गोदी मीडिया का वो चार चार फुटिया एंकर आ जाएगी उछलन लिये हम बताते हैं सरदार ने जो नीली शर्ट पहनी थी नीली का मतलब क्या है ये कहाँ से आई कैसे आई इसका आतंकवाद से क्या संबंध है लाल पगड़ी खून की निशानी हम हिंदुओं का खून दे देंगे दूजे वो सारा दिन इस काम से लगे होंगे न لیکن ਹੁਣ ਇਨਾ ਵੱਡਾ ਵਾਕਿਆ ਮਿਲਟਰੀ ਸਟੇਸ਼ਨ ਔਰ ਇਹਦੇ ਵਿੱਚ ਦੋ ਲਫ਼ਜ਼ ਸਮਝਣ ਵਾਲੇ ਨੇ ਇੱਕ ਮਿਲਟਰੀ ਕੈਂਟੋਨਮੈਂਟ ਹੁੰਦਾ ਹੈ ਹਮ ਕੈਂਟੋਨਮੈਂਟਸ ਸਿਵਿਲਿਅਨ ਵੀ ਰਹਿੰਦੇ ਹੁੰਦੇ ਨੇ ਸੋ ਜਿਹੜਾ ਉਸ ਜੇ ਉਸਥੇ ਕੋਈ ਵਾਕਿਆ ਹੋ ਜਾਂਦਾ ਹੈ ਉਹ ਕਿਉਂਕਿ ਮਿਲਟਰੀ ਕੈਂਟੋਨਮੈਂਟ ਮਿਲਟਰੀ ਵੀ ਹੈ ਔਰ ਸਿਵਿਲਿਅਨ ਦੀ ਵੀ ਰਹਾਇਸ਼ ਜਿਵੇਂ ਜਲੰਧਰ ਕੈਂਟੋਨਮੈਂਟ ਔਰ ਬਠਿੰਡਾ ਕੈਂਟੋਨਮੈਂਟ ਦੂਜਾ ਹੁਣ ਇਹ ਜਿਹੜਾ ਮਿਲਟਰੀ ਸਟੇਸ਼ਨ ਐ ਐਕਸਕਲੂਸਿਵ ਮਿਲਟਰੀ ਹੈ ਔਰ ਇਹ ਚਾਰਾਂ ਦੇ ਜਿਹੜੇ ਨੇ ਇਹ ਤੋਪਟੀ ਔਰ ਇਹਨਾਂ ਦਾ ਮਰਡਰ ਹੋ ਜਾਂਦਾ ਹੈ ਵਿਦਨ ਕਿਉਂਕਿ ਉਹ ਤਾਂ ਹਾਈਲੀ ਸਿਕਿਉਰ ਪ੍ਰੋਟੈਕਟਿਡ ਹੈ ਹੁਣ ਉਹਦੇ ਚ ਫਿਰ ਇਹ ਹੁੰਦਾ ਹੈ ਕਿ ਜੀ ਦੋ ਨਕਾਬਪੋਸ਼ ਜਿਹੜੇ ਕੁੜਤੇ ਪਜਾਮੇ ਚ ਨਜ਼ਰ ਆਏ ਉਹ ਉਥੋਂ ਗਾਇਬ ਹੋ ਗਏ ਔਰ ਪੁਲਿਸ ਦੀ ਮਦਦ ਹੈ ਜੰਗਲ ਦੇ ਵਿੱਚ ਜਿਹੜਾ ਉਹ ਸਰਚ ਹੋ ਰਹੀ ਹੈ ਭਾਲ ਹੋ ਰਹੀ ਹੈ ਲੇਕਿਨ ਟਾਈਟ ਲਿਫਟ ਨੇ ਕਿ ਮੋਟਿਵ ਕੀ ਹੈ ਹਾਲਾਂਕਿ ਇਹ ਕਿਹਾ ਗਿਆ ਹੈ ਕਿ ਜੀ ਇਸ ਤੋਂ ਪਹਿਲਾਂ ਜਿਹੜਾ ਹੁਣ ਈਵਨ ਬੀਬੀਸੀ ਪੰਜਾਬੀ ਨੇ ਇਹ ਦਿੱਤੀ ਖਬਰ ਬਠਿੰਡਾ ਦੇ ਮਿਲਟਰੀ ਸਟੇਸ਼ਨ ਫਾਇਰਿੰਗ ਦੋ ਨਕਾਬ ਪੋਸ਼ ਕੁਰਤੇ ਪਜਾਮੇ ਚ ਰਾਈਫਲ ਨਾਲ ਦਿਖੇ ਹੁਣ ਜਿਹੜੀਆਂ ਦੂਸਰੀਆਂ ਖਬਰਾਂ ਨੇ ਉਹਨਾਂ ਨੇ ਕਿਹਾ ਜੀ ਇੱਕ ਦੇ ਕੋਲ ਰਾਈਫਲ ਦੇਖੀ ਇੱਕ ਕੋਲ ਕੁਹਾੜੀ ਸੀ ਔਰ ਉਹਨਾਂ ਨੇ ਇਹ ਕਿਹਾ ਵੀ ਚਾਰ ਜਵਾਨਾਂ ਦੀ ਮੌਤ ਹੋਈ ਔਰ ਇਨਾਂ ਚ ਇਹ ਚਾਰੋ ਹੀ ਤੋਪਚੀ ਨੇ ਤੋਪਚੀ ਸਾਗਰ ਬੰਨੇ ਤੋਪਚੀ ਕਮਲੇਸ਼ ਤੋਪਚੀ ਯਗੇਸ਼ ਕੁਮਾਰ ਔਰ ਤੋਪਚੀ ਤੋਪਚੀ ਗਨਰ ਹੁਣ ਇੰਪੋਰਟੈਂਟਲੀ ਗਨਰ ਨੂੰ ਟ੍ਰੇਨਡ ਕਰ ਰਹੇ ਹੁਣ ਚਾਰ ਗਨਰ ਹਾਈਲੀ ਸਿਕਿਉਰ ਮਿਲਟਰੀ ਸਟੇਸ਼ਨ ਦੇ ਵਿੱਚ ਅੱਧੀ ਰਾਤ ਨੂੰ ਕੌਣ ਮਾਰ ਕੇ ਚਲਾ ਗਿਆ ਲੇਖਨ ਜਿਹੜੀ ਉਹਨਾਂ ਦੀ ਐਫ ਆਈ ਆਰ ਉਹਨਾਂ ਦੇ ਮੇਜਰ ਨੇ ਰਜਿਸਟਰ ਕਰਵਾਈ ਹੈ ਉਹਦੇ ਵਿੱਚ ਵੀ ਕੋਈ ਖਾਸ ਮੂਹਰ ਰੂਦਾ ਨਹੀਂ ਹੈ ਔਰ ਉਹਨਾਂ ਨੇ ਕਿਹਾ ਜੀ ਕਿ ਇੱਕ ਜਿਹੜੀ ਹੈ ਰਾਈਫਲ ਉਹ ਮਿਸਿੰਗ ਸੀ ਬਠਿੰਡਾ ਮਿਲਟਰੀ ਸਟੇਸ਼ਨ ਤੋਂ ਔਰ 28 ਰਾਉਂਡ ਮਿਸਿੰਗ ਸੀ ਔਰ ਦੋ ਦਿਨ ਪਹਿਲਾਂ ਔਰ ਫਿਰ ਹੁਣ ਇਹ ਵਾਕਿਆ ਹੋ ਗਿਆ ਔਰ ਇਹ ਸਾਰੇ ਚ ਪਿੱਛੇ ਕੌਣ ਹੈ ਐਸਪੀ ਉਥੋਂ ਦਾ ਬਠਿੰਡੇ ਦਾ ਅਜੇ ਗਾਂਧੀ ਹੂ ਇਜ਼ ਐਡਿੰਗ ਅ ਪੁਲਿਸ ਟੀਮ ਪ੍ਰੋਬਿੰਗ ਦਾ ਇਨਸੀਡੈਂਟ ਸੈਡ ਟੂ ਪਰਸਨਸ ਇਨ ਸਿਵਲ ਡਰੈਸ ਵਰ ਬਲੀਵ ਟੂ ਬੀ ਬਿਹਾਈਂਡ ਦਾ ਸ਼ੂਟਿੰਗ ਸਿਵਿਲੀਅਨ ਦੋ ਚਾਰ ਤੁਹਾਡੇ ਗਨਰ ਸਟੇਨ ਨੂੰ ਮਾਰ ਕੇ ਚਲੇ ਜਾਂਦੇ ਨੇ ਫਿਰ ਇਹ ਜਵਾਨ ਸਾ ਟੂ ਅਨ ਆਈਡੈਂਟੀਫਾਈਡ ਮੈਨ ਇਨ ਵਾਈਟ ਕੁਰਤਾ ਪਜਾਮਾ देयर ਫੇਸਿਸ ਐਂਡ ਹੈਡਸ ਕਵਰਡ ਕਮਿੰਗ ਆਊਟ ਆਫ ਦਾ ਬੈਰਕਸ ਆਫਟਰ ਦਾ ਫਾਇਰਿੰਗ ਔਰ ਵਨ ਆਫ ਥੈਮ ਵਾਸ ਕੈਰੀਂਗ ਐਨ ਆਈਐਨਐਸਐਸ ਰਾਈਫਲ ਐਂਡ ਦਾ ਅਦਰ ਐਨ ਐਕਸ ਇੱਕ ਦੇ ਕੋਲ ਕਵਾੜੀ ਸੀ ਇੱਕ ਦੇ ਕੋਲ ਰਾਈਫਲ ਸੀ ਔਰ ਇਹ ਸਾਰੀ ਕਹਾਣੀ ਹੁਣ ਮੈਨੂੰ ਹਾਲਾਂਕਿ ਸ਼ੁਰੂ ਜ ਮੈਨੂੰ ਲੱਗਦਾ ਸੀ ਕਿ ਵੀ ਇਹ ਇਹ ਵੀ ਕਿਤੇ ਅਮਰਤਪਾਲ ਸਿੰਘ ਦੇ ਨਾਂ ਨਾਲ ਨਾ ਲਾ ਦੇਣ ਕਿ ਜੀ ਅਮਰਤਪਾਲ ਸਿੰਘ ਜਿਹੜੇ ਨੇ ਉਹ ਆਕੇ ਮਾਰ ਕੇ ਚਲਾ ਗਿਆ ਔਰ ਹੁਣ ਜਿਹੜਾ ਉਹ ਬਹੁਤ ਵੱਡਾ ਖਤਰਾ ਹੋ ਗਿਆ ਚਲੋ ਇੱਕ ਦੇਖੋ ਜਿਹੜੀ ਲਾਸ ਆਫ ਲਾਈਫ ਹੈ ਚਾਰੋਂ ਹੀ ਆਪਣੀ ਪਰ ਜਵਾਨੀ ਚ ਨੇ ਪਰ ਜਵਾਨੀ ਦੇ 18 23 24 25 ਸਾਲਾਂ ਦੇ ਇਹ ਤਾਂ ਵਿਚਾਰੇ ਰਾ ਮਟੀਰੀਅਲ ਹੁੰਦੇ ਨੇ ਫੌਜੀ ਜਿੱਦਰ ਮਰਜੀ ਭਾਵੇਂ ਯੂਨੀਅਨ ਜੈਕ ਦੇ ਲਈ ਭਾਵੇਂ ਭਾਰਤ ਮਾਤਾ ਦੇ ਨਾਮ ਥੱਲੇ ਪੈਨਸ਼ਨ ਮੰਗਣੀ ਚਾਹੀਦੀ ਹੈ ਉਹ ਤੇ ਵਿਚਾਰੇ ਮਰਨ ਨੂੰ ਤਿਆਰ ਹੋ ਜਾਂਦੇ ਨੇ ਜਿਹੜਾ ਮਰਜੀ ਲੈ ਜਾਏ ਜਿੱਦਰ ਮਰਜੀ ਲੈ ਜਾਏ ਉਹ ਪਾਪੀ પેટ ਦਾ ਸਵਾਲ ਪਾਪੀ પેટ ਦਾ ਮਾਮਲਾ ਹੈ ਪਿਆਰੇ ਜੀ ਲੇਕਿਨ ਹੁਣ ਇੰਨੀ ਵੱਡੀ ਘਟਨਾ ਔਰ ਬਠਿੰਡਾ ਬਹੁਤ ਵੱਡਾ ਉਹ ਫੌਜ ਦਾ ਜਿਹੜਾ ਮਿਲਟਰੀ ਸਟੇਸ਼ਨ ਹੈ ਛੋਟਾ ਨਹੀਂ ਹੈ ਔਰ इवन ਜਿਹੜੀਆਂ ਇਹਨਾਂ ਨੇ ਸਰਫੇਸ ਟੂ ਸਰਫੇਸ ਸ਼ਾਰਟ ਰੇਂਜ ਮਿਜ਼ਾਈਲਾਂ ਫਾਇਰ ਕਰਨ ਲਈ ਰੱਖੀਆਂ ਹਨ ਧਰਤੀ ਉਹ ਵੀ ਬਠਿੰਡੇ ਚ ਸਟੇਸ਼ਨ ਨੇ ਔਰ ਬਠਿੰਡੇ ਦਾ ਅਦਰਵਾਈਜ਼ ਜਦੋਂ ਹੁਣ ਅਸੀਂ ਦੇਖ ਰਹੇ ਹਾਂ ਕਿ 14 April ਖਾਲਸਾ ਸਾਜਨਾ ਦਿਵਸ ਦਾ ਮੁੱਖ ਸਮਾਗਮ ਸਾਬੋ ਕੀ ਤਲਵੰਡੀ ਤਖਤ ਦੰਮਨ੍ਹ ਸਾਹਿਬ ਹੁੰਦਾ ਹੈ ਜੀ ਕੌਲਾਂ ਦਿੱਤੀਆਂ ਗਈਆਂ ਸਾਰਿਆਂ ਵੱਲੋਂ ਐਕਟਿੰਗ ਜਥੇਦਾਰ ਨੇ ਵੀ ਦਿੱਤੀ ਹੈ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਨੇ ਵੀ ਦਿੱਤੀ ਹੈ ਆ ਬਾਕੀ ਸਿੱਖ ਸੰਗਤਾਂ ਵੀ ਕਿ ਭਾਈ ਹਮ ਹਮ ਆ ਕੇ ਪਹੁੰਚੋ ਪਹਿਲਾਂ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੁਣੇ ਅਚਾਨਕ ਮਿਲਟਰੀ ਸਟੇਸ਼ਨ ਦੇ ਵਿੱਚ ਫਾਇਰਿੰਗ ਕੀ ਇਸ ਨੂੰ ਵੀ ਆਉਣ ਵਾਲੇ ਦਿਨਾਂ ਚ ਅਸੀਂ ਦੇਖਾਂਗੇ ਜੇ ਇਹਨਾਂ ਨੇ ਸਿੱਖਾਂ ਦੇ ਖਿਲਾਫ ਉਹ ਸਿਨਿਸਟਰ ਕੈਂਪੇਨ ਨੂੰ ਜਾਰੀ ਰੱਖਣਾ ਹੈ ਵੀ ਪਹਿਲਾਂ ਤਾਂ ਤਿੰਨ ਹਫ਼ਤੇ ਲੋਕਾਂ ਦੇ ਘਰਾਂ ਚ ਇਹ ਕਹਿ ਕੇ ਛਾਪੇ ਮਾਰ ਕੇ ਪਿੰਡਾਂ ਦੇ ਖੂਹਾਂ ਤੇ ਜੀ ਅਮਰਤਪਾਲ ਸਿੰਘ ਲੁਕਿਆ ਹੈ ਪਪਲਪ੍ਰੀਤ ਸਿੰਘ ਲੁਕਿਆ ਹੈ ਹੁਣ ਪਪਲਪ੍ਰੀਤ ਤਾਂ ਆ ਗਿਆ ਸਾਹਮਣੇ ਹੁਣ ਕੀ ਉਹਨਾਂ ਨੇ ਬਠਿੰਡੇ ਦੇ ਵਿੱਚ ਹੀ ਇਸ ਕਿਸਮ ਦਾ ਵਾਕਿਆ ਇਸ ਦੀ ਆੜ ਦੇ ਵਿੱਚ ਉਹਨਾਂ ਨੇ ਕਿਸ ਲੈਵਲ ਦੀ ਸਿਕਿਉਰਿਟੀ ਦੇ ਨਾਂ ਥੱਲੇ ਥਾਂ ਥਾਂ ਛਾਪੇ ਪੈ ਰਹੇ ਹੋਣਗੇ ਹੁਣ ਉਹਨਾਂ ਨੇ ਇਹ ਕਹਿ ਕੇ ਕਿ ਦੋਵੇਂ ਸਿਵਿਲਿਅਨ ਸੀ ਜੀ ਉਹ ਕੁਰਤੇ ਪਜਾਮੇ ਚ ਸੀ ਉਹ ਨਿਕਲ ਗਏ ਔਰ ਉਹਨਾਂ ਨੂੰ ਲੱਭ ਰਹੇ ਜੀ ਅਸੀਂ ਤਾਂ ਔਰ ਦੇਖ ਰਹੇ ਹਾਂ ਔਰ ਚਾਰ ਚੁਫੇਰੇ ਜਿਹੜਾ ਕਿਉਂਕਿ ਬਟਿੰਡਾ ਔਰ ਉਸ ਜ਼ਿਲ੍ਹੇ ਉੱਥੇ ਹੀ ਦਮਨੂਆ ਸਾਹਿਬ ਹੈ ਉਹ ਸਾਰੇ ਨੂੰ ਕਿੰਨੇ ਕਿਨੇ ਜ਼ਿਲ੍ਹੇ ਇਹਨਾਂ ਨੇ ਅੱਗੋਂ ਕੱਟ-ਕੱਟ ਕੇ ਤਾਂ ਬਿਲਕੁਲ ਛੋਟੇ-ਛੋਟੇ ਰਹਿ ਗਏ ਹੋਏ ਨੇ ਅੱਛਾ ਔਰ ਇਸ ਨੂੰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਜੇ ਕਿਉਂਕਿ ਜਿਵੇਂ ਅਸੀਂ ਕਹਿ ਕੇ ਟਰੂਥ ਇਜ਼ ਹਿਡਨ ਕੋਈ ਸੱਚ ਨੂੰ ਤਾਂ ਸਾਹਮਣੇ ਨਹੀਂ ਲਿਆਂਦਾ ਅੱਛਾ ਇਹਨੂੰ ਕਿਸ ਖਾਤੇ ਚ ਪਾ ਸਕਦੇ ਨੇ ਬਿਲਕੁਲ ਜੇ ਇਹਨਾਂ ਨੇ ਕੋਈ ਹੋਰ ਟਵਿਸਟ ਲੇਕਿਨ ਇਹਦੀ ਜੇ ਤੁਸੀਂ ਟਾਈਮਿੰਗ ਦੇਖੋ ਔਰ ਮਰਨਵਾੜੇ ਚਾਰੋਂ ਹੀ ਸਾਊਥ ਇੰਡੀਅਨ ਨੇ ਤਾਂ ਫਿਰ ਇਹਦੇ ਕਈ ਕੁਝ ਮੈਸੇਜ ਨੇ ਮੈਂ ਅੱਜ ਇਹਨੂੰ ਡੀਕੋਡ ਪੂਰਾ ਨਹੀਂ ਕਰਾਂਗਾ ਕਿਉਂਕਿ ਅਗਲੇ 24 ਘੰਟਿਆਂ 'ਚ ਅਸੀਂ ਦੇਖਦੇ ਹਾਂ ਵੀ ਹੋਰ ਕੀ ਨਿਕਲ ਕੇ ਆਂਦਾ ਹੈ ਪਰ ਇਹ ਜਿਹੜਾ ਫਿਸ਼ੀ ਹੈ ਬਿਲਕੁਲ ਔਰ ਜਿਸ ਅੰਦਾਜ਼ ਦੇ ਵਿੱਚ ਖਬਰ ਨੂੰ ਬਲੌਕ ਕੀਤਾ ਗਿਆ ਹੈ ਜਿਸ ਅੰਦਾਜ਼ ਦੇ ਵਿੱਚ ਇਹ ਸਾਰੇ ਨੂੰ ਜਿਹੜਾ ਉਹਨਾਂ ਦਾ ਮੀਡੀਆ ਤਾਂ ਜੋ ਉਹਨੇ ਬਲੌਕ ਕਰਨਾ ਹੀ ਸੀ ਈਵਨ ਮਿਲਟਰੀ ਪੁਲਿਸ ਟਾਈਟ ਲਿਫਟ ਹੈ ਆਦਰਵਾਇਜ਼ ਜਿਵੇਂ ਜੋ ਪਾਈ ਅਮਰਿਤਪਾਲ ਸਿੰਘ ਦੇ ਹਵਾਲੇ ਨਾਲ ਕਦੇ ਮੋਟਰਸਾਈਕਲ ਤੇ ਬਹਿ ਗਿਆ ਕਦੇ ਰੇੜੇ ਤੇ ਬਹਿ ਗਿਆ ਕਦੇ ਪੀਲੀ ਭੀਤ ਪਹੁੰਚ ਗਿਆ ਮਿਲਟਰੀ ਸਟੇਸ਼ਨ ਹਾਈਲੀ ਸਿਕਯੁਰ ਚਾਰਚ ਫੇਰੇ ਕੈਮਰੇ ਕਿਹੜੇ ਪਾਸਿਓਂ ਆਏ ਕਿਹੜਾ ਜੰਗਲ ਹੈ ਉਹਦੇ ਆਲੇ ਦੁਆਲੇ ਜਿੱਥੇ ਚਲੇ ਗਏ ਬੰਦੇ ਫੜੇ ਨਹੀਂ ਗਏ ਜਾਂ ਅਜੇ ਤੱਕ ਉਹਨਾਂ ਨੂੰ ਇਹੀ ਹੈ ਜੀ ਰਾਈਫਲ ਗੁੰਮ ਹੋ ਗਈ ਸੀ ਤੇ ਉਹ ਇੰਨੇ ਰਾਊਂਡ ਦੇ ਰਾਊਂਡ ਬੜੇ ਗਿਣੇ ਹੋਏ ਨੇ ਕਿ ਜੀ 28 ਰਾਊਂਡ ਉਹ ਇਵੇਂ ਹੀ ਹੈ ਉਹ ਜਿਹਨੂੰ ਮੈਨੂੰ ਯਾਦ ਆਇਆ ਕਿ ਵੀ ਉਹ ਰੇਲਵੇ ਸਟੇਸ਼ਨ ਦੇ ਉੱਤੇ ਫੌਜੀਆਂ ਦਾ ਅਡ ਡੱਬਾ ਹੁੰਦਾ ਜਦੋਂ ਉਹ ਟਰੈਵਲ ਕਰਦੇ ਨੇ ਜਾਂ ਡਿਊਟੀ ਤੇ ਜਾ ਰਹੇ ਹੁੰਦੇ ਨੇ ਤੇ ਨਾਲ ਦੇ ਡੱਬੇ ਤੇ ਕੋਈ ਸਿਵਿਲਿਅਨ ਫੈਮਿਲੀ ਚੜੀ ਹੋਈ ਸੀ 10-12 ਬੱਚੇ ਹੋਣੇ ਨੇ ਉਹਦੇ ਸਟੇਸ਼ਨਾਂ ਤੇ ਗੱਡੀ ਰੁਕੀ ਔਰ ਉਹ ਜਿਹੜੀ ਹੈ ਉਹ ਗੱਡੀ ਚੱਲ ਪਈ ਉਹ ਮਾਈ ਨੇ ਚੀਕਾਂ ਮਾਰੀਆਂ ਬੱਚੇ ਵੀ ਉਹਦੇ ਨਾਲ ਸੀ ਫੌਜੀ ਇੱਕ ਨਾਲ ਥੜੇ ਥਲੇ ਖੜਾ ਸੀ ਉਹਨੇ ਬੱਚੇ ਇੱਕ ਨੂੰ ਚੁੱਕਿਆ ਦੂਜੇ ਨੂੰ ਚੁੱਕਿਆ ਤੀਜੇ ਨੂੰ ਉੱਤੇ ਚਾੜ ਹੀ ਗਿਆ ਜਦੋਂ ਤੱਕ ਗੱਡੀ ਚੱਲਣ ਲੱਗੀ ਉਹ 10 ਉਹਨੇ ਪੂਰੇ ਗਿਣ ਦਿੱਤੇ ਉਹਨੇ ਉਹਨੂੰ ਪੁੱਛਿਆ ਕਿੰਨੇ ਨੇ ਤੇ ਉਹ 10ਵਾਂ ਆਇਆ ਤਾਂ ਮਾਈ ਕਹਿੰਦੀ ਇਹ ਨਹੀਂ ਮੇਰਾ ਇਹ ਨਹੀਂ ਮੇਰਾ ਉਹ ਕਹਿੰਦੇ ਮਾਈ ਤੂੰ ਨਗ ਗਿਣ ਨਗ ਪੂਰੇ ਕਰ ਕਿਉਂਕਿ ਫੌਜੀਆ ਨੇ ਤਾਂ ਉਹ ਮਰਿਆ ਰਾਉਂਡ ਐ ਕਿ ਜਿਉਂਦਾ ਐ ਲਾਈਵ ਕਾਰਟਰੀਜਾਂ ਨਗ ਪੂਰੇ ਕਰਨ ਦੀ ਗੱਲ ਉਹਨਾਂ ਨੂੰ ਹੁੰਦੀ ਸੋ ਉਹ ਉਹਨਾਂ ਨੇ ਬੜੇ ਗਿਣ ਕੇ ਰੱਖੇ ਕਿ ਇਹ ਜਿਹੜੀ ਹੈ ਰਾਈਫਲ ਐ ਔਰ 28 ਰਾਉਂਡਸ ਆਵ ਐਮੂਨੀਸ਼ਨ ਹੈਡ ਗੋਨ ਮਿਸਿੰਗ ਫਰਮ ਦ ਯੂਨਿਟ ਪ੍ਰੋਮਿਸਸ ਟੂ ਡੇਜ਼ ਐਗੋ ਕਿ ਦੋ ਦਿਨ ਪਹਿਲਾਂ ਗਏ ਸੀ ਉਹਨਾਂ ਸ਼ਾਇਦ ਉਹੀ 28 ਰਾਊਂਡ ਲੈ ਕੇ ਜਿਹੜੇ ਲੈ ਗਏ ਸੀ ਉਹ ਮਾਰਨ ਆ ਗਏ ਲੈ ਕੌਣ ਗਿਆ ਸੀ ਸਿਵਿਲিয়ান ਐ ਕਿਵੇਂ ਹੋਏ ਇਹ ਇੱਕ ਜਿਹੜਾ ਪਰ ਆਉਣ ਵਾਲੇ ਦਿਨਾਂ 'ਚ ਇਸ ਸਟੋਰੀ ਨੂੰ ਜਿਹੜੀਆਂ ਭਾਰਤੀ ਡੀਪ ਸਟੇਟ ਐ ਕੋਈ ਵੀ ਐਂਗਲ ਦੇ ਸਕਦੇ ਦੇ ਸਕਦੇ ਬਿਲਕੁਲ ਜੀ ਰਸਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਅਥਲੇ ਨੇ ਬ੍ਰੇਕ ਵਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ